ਹਾਂਜੀ ਦੋਸਤੋ ਵੈਲਕਮ ਤੁਹਾਡਾ ਸਟੱਡੀਸ਼ਿਪ YouTube ਚੈਨਲ ਦੇ ਉੱਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵਰਡ ਪੇਅਰਸ which create confusion generally ਉਸ ਤਰ੍ਹਾਂ ਦੇ ਸ਼ਬਦ ਜੋੜੇ ਅਗਲੇ 5 ਸ਼ਬਦ ਜੋੜੇ ਜੋ ਨਾਰਮਲੀ ਆਪਾਂ ਨੂੰ ਕਨਫਿਊਜ਼ ਕਰਦੇ ਆਂ ਰਾਈਟਿੰਗ ਦੇ ਵਿੱਚ ਰੀਡਿੰਗ ਦੇ ਵਿੱਚ ਜਾਂ ਪ੍ਰੋਨਾਂਊਂਸ ਕਰਨ ਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਕ੍ਰੀਏਟ ਕਰਦੇ ਆ ਉਹ 5 ਜੋੜੇ ਆਪਾਂ ਵਰਡ ਪੇਅਰਸ ਡਿਸਕਸ ਕਰਨ ਲੱਗੇ ਆ ਅਗਲੇ 5 ਪੇਅਰ ਸੋ ਇਹ ਵਰਡ ਪੇਅਰ ਦਾ ਜਿਹੜਾ ਫਸਟ ਪੇਅਰ ਹੈ ਅੱਜ ਦਾ ਉਹ ਹੈ ਇਨਵੈਲਪ ਫਸਟ ਵਰਡ ਪੇਅਰ ਇਹ ਹੈ ਇਨਵੈਲਪ ਇਨਵੈਲਪ ਮੀਨਸ ਫਸਟ ਵਾਲਾ ਜੋ ਇਨਵੈਲਪ ਹੈ ਤੁਸੀਂ ਦੇਖੋਗੇ ਇਸ ਦੇ ਵਿੱਚ ਲਾਸਟ ਦੇ ਵਿੱਚ ਈ ਨਹੀਂ ਹੈ ਬਟ ਸੈਕੰਡ ਵਾਲੇ ਵਰਡ ਦੇ ਵਿੱਚ ਲਾਸਟ ਤੇ ਈ ਹੈ ਬਾਕੀ ਸਪੈਲਿੰਗ ਸੇਮ ਹੈ ਇ ਐਨ ਵੀ ਈ ਐਲ ਓ ਪੀ ਐਂਡ ਸੈਕੰਡ ਵਰਡ ਦੇ ਵਿੱਚ ਹੈ ਇਨਵੈਲੋਪੀ ਸੋ ਫਰਸਟ ਵਾਲਾ ਜੋ ਵਰਡ ਹੈ ਇਸ ਦਾ ਮਤਲਬ ਹੈ ਟੂ ਸਰਾਉਂਡ ਘੇਰਨਾ ਜਾਂ ਘੇਰਾ ਪਾਉਣਾ ਸੈਕੰਡ ਵਾਲੇ ਦਾ ਮੀਨਿੰਗ ਹੈ ਲੈਟਰ ਕਵਰ ਚਿੱਠੀ ਪੱਤਰ ਵਾਲਾ ਲਿਫਾਫਾ ਸੋ ਇਸ ਨੂੰ ਆਪਾਂ ਸੈਂਟੈਂਸ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਹਾਂ ਦਾ ਮਿਸਟ ਇਨਵੈਲਪਡ ਅਸ ਮਿਸਟ ਮੀਨਸ ਧੁੰਦ ਕਿ ਧੁੰਦ ਨੇ ਸਾਨੂੰ ਘੇਰਾ ਪਾ ਲਿਆ ਜਾਂ ਧੁੰਦ ਨੇ ਸਾਨੂੰ ਘੇਰ ਲਿਆ ਇਸ ਤਰ੍ਹਾਂ ਆਪਾਂ ਇਸ ਵਰਡ ਨੂੰ ਯੂਜ਼ ਕਰ ਸਕਦੇ ਹਾਂ ਸੈਕੰਡ ਵਰਡ ਨੂੰ ਜਪਾ ਸੈਂਟੈਂਸ ਦੇ ਵਿੱਚ ਯੂਜ਼ ਕਰਨਾ ਚਾਹੀਏ ਤਾਂ ਹੀ ਰੋਟ ਦਾ ਲੈਟਰ ਐਂਡ ਪੁਟ ਇਨ ਦਾ ਇਨਵੈਲਪ ਉਸਨੇ ਪੱਤਰ ਲਿਖਿਆ ਚਿੱਠੀ ਲਿਖੀ ਅਤੇ ਉਸ ਨੂੰ ਇਨਵੈਲਪ ਦੇ ਵਿੱਚ ਪਾ ਦਿੱਤਾ ਕਵਰ ਦੇ ਵਿੱਚ ਪਾ ਦਿੱਤਾ ਸੋ ਇਹ ਡਿਫਰੈਂਸ ਹੈ ਇਨਵੈਲਪ ਜੇ ਬਿਨਾ ਈ ਤੋਂ ਆ ਰਹੇ ਹੈ ਜੇ ਈ ਨਾਲ ਇਨਵੈਲਪ ਸਪੈਲਿੰਗ ਹੈਗੇ ਤਾਂ ਉਹਦਾ ਮਤਲਬ ਲੈਟਰ ਕਵਰ ਬਿਨਾ ਈ ਤੋਂ ਉਹਦਾ ਮਤਲਬ ਕਵਰ ਕਰਨਾ ਆਲੇ ਦੁਆਲੇ ਘੇਰਨਾ ਸੈਕੰਡ ਵਰਡ ਪੇਅਰ ਅੱਜ ਦਾ ਹੈ ਫੀਟ ਇੱਕ ਫੀਟ ਹੈ F W E T ਇੱਕ ਫੀਟ ਆਪਾਂ ਬੋਲਦੇ ਆ F डबल ਸੌਰੀ uh, F E E T ਫਰਸਟ ਵਾਲਾ ਜੋ ਹੈ ਉਹਦਾ ਵਰਡ मीनिंग ਹੈ ਪਾਰਟ ਆਫ ਬੋਡੀ ਫੀਟ ਪੈਰ ਸਰੀਰ ਦਾ ਇੱਕ ਅੰਗ ਫੀਟ ਮੀਨਸ ਫੁੱਟ ਹੁੰਦਾ ਹੈ ਵੈਸੇ ਫੀਟ ਮੀਨਸ ਦੋਨੋਂ ਪੈਰਾਂ ਦੀ ਗੱਲ ਹੈ ਸੋ ਫੀਟ ਸੈਕੰਡ ਵਾਲਾ ਜੋ ਹੈ ਸਰਪ੍ਰਾਈਜ਼ਿੰਗ ਪਰਫਾਰਮੈਂਸ ਕਰਤੱਬ ਕੋਈ ਵੀ ਕਰਤੱਬ ਜੋ ਦਿਖਾਉਂਦਾ ਹੈ ਮਾਈ ਲੈਫਟ ਫੀਟ ਹੈਜ਼ ਇੰਜਰਡ ਮੇਰਾ ਲੈਫਟ ਪੈਰ ਜੋ ਹੈ ਉਹ ਇੰਜਰਡ ਹੋ ਗਿਆ ਇੱਥੇ ਮੈਂ ਗਲਤੀ ਨਾਲ ਫੀਟ ਲਿਖਿਆ ਹੈ ਤਾਂ ਇਸ ਨੂੰ ਤੁਸੀਂ ਕਰੈਕਟ ਕਰ ਲੈਣਾ ਫੁੱਟ ਕਰਨਾ ਹੈ ਐਫ ਡਬਲ ਓ ਟੀ ਫੁੱਟ ਫੀਟ ਮੀਨਸ ਪਲੂਰਲ ਫਾਰਮ ਹੈ ਬਹੁਵਚਨ ਹੈ ਫੁੱਟ ਦਾ ਫੀਟ ਸੋ ਪਾਰਟ ਹੈ ਬਾਡੀ ਦਾ ਫੀਟ ਜਾਂ ਫਿਰ ਆਪਾਂ ਕਹਾਂਗੇ ਮਾਈ ਫੀਟ ਹੈਵ ਇੰਜਰਡ ਕਿ ਮੇਰੇ ਪੈਰ ਹੈ ਜੋ ਜ਼ਖਮੀ ਹੋ ਗਏ ਨੇ ਸੋ ਇੱਥੇ ਥੋੜੀ ਮਿਸਟੇਕ ਮੇਰੇ ਤੋਂ ਹੈ ਮੈਨੂੰ ਕਰੈਕਟ ਕਰ ਲੈਣਾ ਫੀਟ ਮੀਨਸ ਪੈਰ ਬਾਡੀ ਦੇ ਅੰਗ ਆਪਣੇ ਫੇਟ ਐਫ ਏ ਏ ਟੀ ਮੀਨਸ ਸਰਪ੍ਰਾਈਜ਼ਿੰਗ ਪਰਫਾਰਮੈਂਸ ਮੀਨਸ ਕਰਤੱਵ ਦਿਖਾਉਣਾ ਸੋ ਇਹਨੂੰ ਆਪਾਂ ਸੈਂਟੈਂਸ ਦੇ ਵਿੱਚ ਯੂਜ਼ ਕਰੀਏ ਤਾਂ ਵੀ ਸਾ ਦਾ ਫੀਟਸ ਆਫ ਅ ਜਗਲਰ ਜਗਲਰ ਮੀਨਸ ਜਾਦੂਗਰ ਕਿ ਅਸੀਂ ਕਿਸੇ ਵੀ ਜਾਦੂ ਕਰਦੀਆਂ ਇੱਕ ਜਾਦੂ ਕਰਦੀਆਂ ਜਿਹੜੀਆਂ ਫੀਟਸ ਸੀ ਸਰਪ੍ਰਾਈਜ਼ਿੰਗ ਪਰਫਾਰਮੈਂਸ ਸੀ ਉਹ ਦੇਖੀਆਂ ਇਹ ਹੈ ਫੀਟ ਐਫ ਡਬਲੀ ਟੀ ਐਂਡ ਐਫ ਈ ਏ ਟੀ ਫੀਟ ਥਰਡ ਜੋ ਅੱਜ ਦਾ ਵਰਡ ਪੇਰ ਹੈ ਇਹ ਹੈ ਡਿਊ ਡਿਊ DUE and DAW ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ ਫਰਸਟ ਵਾਲਾ ਹੈ DUE OING OING ਮੀਨਸ ਦੇ ਕਾਰਨ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਡਿਊ ਟੂ ਟੂ ਪ੍ਰੈਪੋਜੀਸ਼ਨ ਨਾਲ ਲੱਗਿਆ ਹੁੰਦਾ ਦੇ ਕਾਰਨ ਜਾਂ ਡਿਊ ਮੀਨਸ ਬਕਾਇਆ ਕਿਸੇ ਬਿੱਲ ਦਾ ਬਕਾਇਆ ਕਿਸੇ ਦਾ ਰੈਂਟ ਬਕਾਇਆ ਹੈ ਆਪਾਂ ਬੋਲਦੇ ਆ ਕਿ ਤੁਹਾਡੇ ਵੱਲ ਇਹ ਡਿਊ ਹੋ ਗਿਆ ਸੋ ਡਿਊ ਬਕਾਇਆ ਜਾਂ ਦੇ ਕਾਰਨ ਸੈਕੰਡ ਵਾਲਾ ਜੋ ਡਿਊ ਹੈ ਇਸ ਦਾ ਮਤਲਬ ਹੈ ਮੌਇਸਚਰ ਔਨ ਗ੍ਰਾਸ ਟ੍ਰੇਲ ਜਾਂ ਟ੍ਰੇਲ ਦੀਆਂ ਬੂੰਦਾ ਵੀ ਕਹਿ ਸਕਦੇ ਜਾਂ ਟ੍ਰੇਲ ਸੋ ਆਪਾਂ ਸੈਂਟੈਂਸ ਦੇ ਵਿੱਚ ਯੂਜ਼ ਕਰੀਏ ਦਿਸ ਰੋਡ ਇਜ਼ ਬਲੌਕ ਡਿਊ ਟੂ ਐਨ ਐਕਸੀਡੈਂਟ ਕਿ ਐਕਸੀਡੈਂਟ ਦੇ ਕਾਰਨ ਇਹ ਰੋਡ ਬਲੌਕ ਕਰ ਦਿੱਤੀ ਗਈ ਹੈ ਦਾ ਮੈਨੇਜਰ ਆਸਕਡ ਮੀ ਟੂ ਕਲੀਅਰ 올 ਦਾ ਡਿਊਜ਼ ਮੈਨੇਜਰ ਨੇ ਮੈਨੂੰ ਮੇਰੇ ਸਾਰੇ ਡਿਊਜ਼ ਕਲੀਅਰ ਕਰਨ ਲਈ ਮੇਰੇ ਸਾਰੇ ਬਕਾਇਆ ਕਲੀਅਰ ਕਰਨ ਲਈ ਆਖਿਆ ਸੋ ਇਹ ਹੈ ਬਕਾਇਆ ਜਾਂ ਦੇ ਕਨ ਸੈਕੰਡ ਵਾਲਾ ਜੋ ਟ੍ਰੇਲ ਵਾਲਾ ਡਿਊ ਹੈਡੀ ਈ ਡਬਲ देयर वाज ਅ ਹੈਵੀ ਡਿਊ ਥਿਸ ਮਾਰਨਿੰਗ ਅੱਜ ਮੌਸਮ ਸਵੇਰੇ ਕਾਫੀ ਜੋ ਟ੍ਰੇਲ ਪਈ ਸੀ ਜਾਂ ਟ੍ਰੇਲ ਸੀ ਨੈਕਸਟ ਵਰਡ ਪੇਅਰ ਅੱਜ ਦਾ ਹੈ ਫੋਰਥ ਕਾਸਟ ਔਰ ਕਾਸਟ C A S T ਕਾਸਟ ਜਾਂ ਫਿਰ ਸੈਕੰਡ ਹੈ C A S T E ਲਾਸਟ ਤੇ E ਐਡ ਹੋ ਰਿਹਾ ਤਾਂ ਕਾਸਟ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ ਕਾਸਟ ਮੀਨਸ ਜੇ C A S T ਕਾਸਟ ਹੈ ਮੀਨਸ ਦਾ ਗਰੁੱਪ ਆਫ ਐਕਟਰਸ ਫਿਲਮ ਜਾਂ ਨਾਟਕ ਦੇ ਅਦਾਕਾਰ ਜਾਂ ਜੇ double o f ਨਾਲ ਆ ਰਿਹਾ ਹੈ ਕਾਸਟ ਆਫ ਨਾਲ ਆਫ ਲੱਗਿਆ ਹੈ ਕਾਸਟ ਆਫ ਦਾ ਮੀਨਸ ਹੈ ਸੁੱਟਣਾ ਥ्रो ਆਫ ਸੁੱਟ ਦੇਣਾ ਕਿਸੇ ਚੀਜ਼ ਨੂੰ ਬਟ ਜੋ ਦੂਸਰਾ ਕਾਸਟ ਹੈ c a s t e ਇਟ ਮੀਨਸ ਕਲਾਸ ਬਾਈ ਬਰਥ ਅ ਕਲਾਸ ਬਾਈ ਬਰਥ ਕਿਸੇ ਦੀ ਕੋਈ ਜਾਤੀ ਦੀ ਜੋ ਗੱਲ ਕਰਦੇ ਆਪਾਂ ਸੋ ਇਸ ਨੂੰ ਆਪਾਂ ਸੈਂਟੈਂਸ ਦੇ ਵਿੱਚ ਯੂਜ਼ ਕਰੀਏ ਤਾਂ ਫਸਟ ਵਾਲਾ ਜੋ ਹੈ ਕਾਸਟ ਆਪਾਂ ਇਸ ਨੂੰ ਕਹਿ ਸਕਦੇ ਹਾਂ ਦਾ ਇੰਟਾਇਰ ਕਾਸਟ ਵਾਸ ਐਕਸਲੈਂਟ ਜਾਂ ਇਸ ਨੂੰ ਬੋਲ ਸਕਦੇ ਹਾਂ ਦਾ ਇੰਟਾਇਰ ਕਾਸਟ ਵਰ ਐਕਸਲੈਂਟ ਇਹ ਸਾਰਾ ਅਦਾਕਾਰ ਸੀ ਜੋ ਉਹ ਬਹੁਤ ਵਧੀਆ ਸਨ ਜਾਂ ਕਾਸਟ ਆਫ ਕਿਵੇਂ ਯੂਜ਼ ਕਰਨਾ ਕਾਸਟ ਆਫ ਯਰ 올ਡ ਪੈਨ ਤਾਂ ਕਹਿ ਸਕਦੇ ਆ ਕਿ ਕਾਸਟ ਆਫ ਯਰ 올ਡ ਪੈਨ ਤੁਸੀਂ ਆਪਣਾ 올ਡ ਪੈਨ ਪੁਰਾਣਾ ਪੈਨ ਜੋ ਹੈ ਉਸ ਨੂੰ ਸੁੱਟ ਦਿਓ ਅ ਦੂਸਰੀ ਸਾਈਡ ਜੋ ਕਾਸਟ ਹੈ ਸੀ اے ਐਸ ਟੀ ਈ ਇਸ ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਨੋ ਸਿਟੀਜ਼ਨ ਸ਼ੁਡ ਬੀ ਡਿਸਕ੍ਰਿਮੀਨੇਟਡ ਔਨ ਦਾ ਬੇਸਿਸ ਆਫ ਕਾਸਟ ਨੋ ਸਿਟੀਜ਼ਨ ਸ਼ੁਡ ਬੀ ਡਿਸਕ੍ਰਿਮੀਨੇਟਡ ਔਨ ਦਾ ਬੇਸਿਸ ਆਫ ਕਾਸਟ ਕਿਸੇ ਵੀ ਨਾਗਰਿਕ ਨੂੰ ਜਾਤੀ ਦੇ ਆਧਾਰ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਨਾਗਰਿਕ ਦੇ ਨਾਲ ਜਾਤੀ ਆਧਾਰਿਤ ਵਿਤਕਰਾ ਨਹੀਂ ਹੋਣਾ ਚਾਹੀਦਾ ਸੋ ਇਹ ਹੈ ਸੀਏਐਸਟੀ ਕਾਸਟ ਤੇ ਸੀਏਐਸਟੀਈ ਕਾਸਟ ਲਾਸਟ ਜੋ ਅੱਜ ਦਾ ਵਰਡ ਹੈ ਵਰਡ ਪੇਅਰ ਹੈ ਕੋਰਸ ਐਂਡ ਕੋਰਸ ਸੀਓ ਯੂ ਆਰ ਐਸ ਈ ਸੀਓ ਏ ਆਰ ਐਸ ਈ ਸਿਰਫ ਸਪੈਲਿੰਗ ਦਾ ਡਿਫਰੈਂਸ ਕੀ ਹੈ ਇੱਥੇ ਯੂ ਆਰ ਐਫਸਟ ਦੇ ਵਿੱਚ ਸੈਕੰਡ ਦੇ ਵਿੱਚ ਇੱਥੇ